ਪੰਜਾਬ ਵਨ ਵਰਕਰਸ ਯੂਨੀਅਨ ਦੀ ਅਗਵਾਈ ਵਿੱਚ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਹਾਲੀ ਸੈਕਟਰ 68 ਸਥਿਤ ਵਨ ਭਵਨ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਆਏ ਵਨ ਕਰਮੀਆਂ ਨੇ ਜਿੱਥੇ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ, ਉੱਥੇ ਹੀ ਕਰਮਚਾਰੀਆਂ ਨੇ ਦਫ਼ਤਰ ਦਾ ਘਿਰਾਓ ਵੀ ਕੀਤਾ। ਇਸ ਦੌਰਾਨ ਵਿਭਾਗ ਦੇ ਸਕੱਤਰ ਅਮਰੀਕ ਸਿੰਘ ਨੇ ਆਖਿਆ ਕਿ 2016 ਵਿੱਚ ਸਰਕਾਰ ਵੱਲੋਂ 3 ਸਾਲ ਤੋਂ ਜ਼ਿਆਦਾ ਦੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਲੇਕਿਨ 2500 ਦੇ ਕਰੀਬ ਅਜਿਹੇ ਕਰਮਚਾਰੀ ਨੇ ਜੋ ਠੇਕੇ 'ਤੇ ਕੰਮ ਕਰ ਰਹੇ ਨੇ ਉਹਨਾਂ ਮੰਗ ਕੀਤੀ ਹੈ ਕਿ ਇਹਨਾਂ ਕਰਮਚਾਰੀਆਂ ਨੂੰ ਜਲਦ ਪੱਕਾ ਕੀਤਾ ਜਾਵੇ ਅਤੇ ਕਰਮਚਾਰੀਆਂ ਦੀ ਕਈ ਮਹੀਨਿਆਂ ਤੋਂ ਰੁਕੀ ਸਾਡੀਆਂ ਮੀਟਿੰਗਾਂ ਹੋਈਆਂ, ਮੰਤਰੀ ਸਾਹਿਬ ਨਾਲ ਮੀਟਿੰਗਾਂ ਹੋਈਆਂ, ਪ੍ਰਧਾਨ ਮੁੱਖ ਵਣਪਾਲ ਜੀ ਨਾਲ ਮੀਟਿੰਗਾਂ ਹੋਈਆਂ, ਪਰ ਅਜੇ ਤੱਕ ਪੰਜਾਬ ਦੀ ਸਨਿਆਰਤਾ ਸੂਚੀ ਫਾਈਨਲ ਨਹੀਂ ਕੀਤੀ ਗਈ। ਜੇਕਰ ਕੀਤੀ ਵੀ ਗਈ ਆ ਉਹ ਬਿਲਕੁਲ ਅਧੂਰੀ ਆ। ਵਿਭਾਗ ਦੇ ਵੱਲੋਂ ਉਹਨਾਂ ਸਾਥੀਆਂ ਦੇ ਸਾਡੇ ਜਿਹੜੇ ਬੈਠੇ ਨੇ ਸਾਥੀ ਉਹਨਾਂ ਦੇ ਮੈਡੀਕਲ ਵੀ ਕਰਵਾ ਲਏ, ਲੇਕਿਨ ਇੱਕ ਵੀ ਸਾਡਾ ਜਿਹੜਾ ਸਾਡਾ ਸਾਥੀ ਆ ਉਹ ਅਜੇ ਤੱਕ ਆਪਣਾ ਰੈਗੂਲਰ ਨਹੀਂ ਕੀਤਾ ਗਿਆ।